ਵਿਦਿਆਰਥੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਲਾਪਰੀ ਸਿੰਘ ਫਿਰੋਕੇ ਪੰਜਾਬੀ ਕੋਚਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਸਾਇਤ ਅਕਾਦਮੀ ਜਾਂ ਜਿਸ ਨੂੰ ਭਾਰਤੀ ਸਾਇਤ ਅਕਾਦਮੀ ਵੀ ਅਸੀਂ ਕਹਿ ਦਿੰਦੇ ਹਾਂ ਉਹਦੇ ਵੱਲੋਂ ਜਿਹੜੇ ਇਨਾਮ ਸਨਮਾਨ ਦਿੱਤੇ ਜਾਂਦੇ ਆ ਹਰ ਸਾਲ ਉਹਦੇ ਬਾਰੇ 1954 ਦੇ ਵਿੱਚ ਸਭ ਤੋਂ ਪਹਿਲਾਂ ਤਾਂ ਗੱਲ ਕਰ ਲਈਏ ਕਿ ਸਾਇਤ ਅਕਾਦਮੀ ਦੀ ਸਥਾਪਨਾ ਹੁੰਦੀ ਹੈ ਤਾਂ ਉਸ ਤੋਂ ਬਾਅਦ ਯਾਨੀ ਕਿ ਉਸ ਤੋਂ ਅਗਲੇ ਹੀ ਸਾਲ ਤੋਂ 1955 ਤੋਂ ਸਾਇਤ ਅਕਾਦਮੀ ਵੱਲੋਂ ਸਨਮਾਨ ਦੀ ਜਿਹੜੀ ਸ਼ੁਰੂਆਤ ਕੀਤੀ ਜਾਂਦੀ ਹੈ ਔਰ ਜਾਣਨ ਵਾਲੀ ਗੱਲ ਹੈ ਕਿ ਹਰ ਭਾਰਤੀ ਭਾਸ਼ਾ ਦੇ ਵਿੱਚ ਹਰ ਸਾਲ ਇੱਕ ਇਨਾਮ ਜਿਹੜਾ ਹੈਗਾ ਸਾਹਿਤ ਅਕਾਦਮੀ ਵੱਲੋਂ ਦਿੱਤਾ ਜਾਂਦਾ ਹੈ ਜਿਹੜੀਆਂ ਕਿ ਭਾਰਤੀ ਪਛਾਵਾ ਸੁਵਿਧਾਨ ਦੇ ਵਿੱਚ 22 ਪਛਾਵਾ ਦੀ ਜਿਹੜੀ ਸੂਚੀ ਦਰਜ ਹੈ ਉਹਦੇ ਵਿੱਚ ਹਰ ਭਾਸ਼ਾ ਭਾਸ਼ਾ ਦੇ ਵਿੱਚ ਹਾਲਾਂਕਿ ਸਾਹਿਤ ਅਕਾਦਮੀ ਵੱਲੋਂ ਅਹ ਹੋਰ ਵੀ ਬਹੁਤ ਸਾਰੇ ਇਨਾਮ ਦਿੱਤੇ ਜਾਂਦੇ ਆ ਜਿਵੇਂ ਸਾਹਿਤ ਕਾਦਮੀ ਯੁਵਾ ਪੁਰਸਕਾਰ ਹੈ ਅਨਵਾਦ ਪੁਰਸਕਾਰ ਹੈ ਜਾਂ ਸੰਪਾਦਨ ਪੁਰਸਕਾਰ ਹੈ ਇਸ ਤਰ੍ਹਾਂ ਦੇ ਕਈ ਪੁਰਸਕਾਰ ਹੈਗੇ ਆ ਪਰ ਅਸੀਂ ਜਿਹੜੇ ਮੁੱਖ ਪੁਰਸਕਾਰ ਦਿੱਤੇ ਜਾਂਦੇ ਆ ਮੇਨਸਟ੍ਰੀਮ ਦੇ ਪੁਰਸਕਾਰ ਜੀ ਨੂੰ ਕਹਿੰਦੇ ਆ ਉਹ ਦਿੱਤੇ ਜਾਂਦੇ ਹਰ ਸਾਲ ਇੱਕ ਭਾਸ਼ਾ ਦੇ ਵਿੱਚ ਇੱਕ ਹੀ ਇਹ ਪੁਰਸਕਾਰ ਮਿਲਦਾ ਹੈ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਤਾਂ ਜਿਹੜਾ ਕਿ ਪੰਜਾਬੀ ਦਾ ਹਿਨਿਸ ਪੂਰੇ ਭਾਰਤ ਦਾ ਭਾਰਤੀ ਹਰ ਭਾਸ਼ਾ ਦਾ ਇੱਕ ਵਕਾਰੀ ਸਨਮਾਨ ਹੈ ਔਰ ਇਹਦੇ ਜੇ ਨਾਮ ਦੀ ਸਰਮਾਨ ਦੀ ਰਾਸ਼ੀ ਦੀ ਜੇ ਗੱਲ ਕਰ ਲਈਏ ਤਾਂ ਸਭ ਤੋਂ ਪਹਿਲਾਂ ਜਦੋਂ 1954 ਦੇ ਵਿੱਚ ਦੋਈ ਦੀ ਸਥਾਪਨਾ ਹੋਈ ਸੀ ਤਾਂ ਉਦੋਂ ਤੈਅ ਕੀਤੀ ਗਈ ਸੀ ਕਿ 5000 ਰੁਪਏ ਹਰ ਲੇਖਕ ਨੂੰ ਦਿੱਤੇ ਜਾਣਗੇ ਉਸ ਤੋਂ ਬਾਅਦ 1983 ਦੇ ਵਿੱਚ ਇਹ ਰਾਸ਼ੀ ਜਿਹੜੀ 10000 ਕਰ ਦਿੱਤੀ ਗਈ ਤੇ 1988 ਚ ਇਸ ਨੂੰ ਫਿਰ 25000 ਕਰ ਦਿੱਤਾ ਗਿਆ ਉਸ ਤੋਂ ਬਾਅਦ 2001 ਦੇ ਵਿੱਚ ਇਹਨੂੰ ਵਧਾ ਕੇ 40000 ਕਰ ਦਿੱਤਾ ਗਿਆ ਤੇ ਫਿਰ ਉਸ ਤੋਂ ਬਾਅਦ ਜਿਹੜੀ ਪਿਛਲੀ ਸੋਧ ਹੋਈ ਹੈ 2009 ਦੇ ਵਿੱਚ ਉਦੋਂ ਇਹਦੀ ਰਾਸ਼ੀ 1 ਲੱਖ ਕਰ ਦਿੱਤੀ ਗਈ ਤਾਂ ਹੁਣ 2009 ਤੋਂ ਬਾਅਦ ਹਰ ਭਾਸ਼ਾ ਦੇ ਹਰ ਸਾਲ ਇੱਕ ਲੇਖਕ ਨੂੰ 1 ਲੱਖ ਰੁਪਏ ਅਤੇ ਸਨਮਾਨ ਚਿੰਨ ਸਾਹਿਤ ਅਕਾਦਮੀ ਵੱਲੋਂ ਦਿੱਤੇ ਜਾਂਦੇ ਆ ਹੁਣ ਅਸੀਂ ਅੱਗੇ ਗੱਲ ਕਰਾਂਗੇ ਪੰਜਾਬੀ ਸਾਹਿਤ ਅਕਾਦਮੀ ਸੌਰੀ ਭਾਰਤੀ ਸਾਹਿਤ ਅਕਾਦਮੀ ਵੱਲੋਂ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੇ ਸਨਮਾਨ ਦਿੱਤੇ ਗਏ ਹੈ ਉਹਨਾਂ ਦੀ ਅਸੀਂ ਸੂਚੀ ਦੀ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ 1955 ਦੇ ਵਿੱਚ ਭਾਈ ਵੀਰ ਸਿੰਘ ਨੂੰ ਮੇਰੇ ਸਾਈਆਂ ਜੀਓ ਨਾਮਕ ਉਹਨਾਂ ਦੀ ਜਿਹੜੀ ਕਵਤਾ ਕਵਤਾ ਦੀ ਪੁਸਤਕ ਹੈ ਉਹਦੇ ਉੱਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਸਨਮਾਨ ਦਿੱਤਾ ਗਿਆ ਤੇ ਇਹ ਤੁਸੀਂ ਜਰੂਰ ਇਹ ਯਾਦ ਰੱਖਣੀ ਹੈ ਜਿਵੇਂ ਜਿਵੇਂ ਮੈਂ ਨਾਮ ਬੋਲਾਂਗਾ ਤਾਂ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਇੱਕ ਤੋਂ ਵੱਧ ਵਾਰ ਵੀ ਇਸ ਵੀਡੀਓ ਨੂੰ ਜੇ ਤੁਸੀਂ ਦੇਖ ਸਕੋ ਤਾਂ ਬਹੁਤ ਚੰਗੀ ਗੱਲ ਹੋਏਗੀ ਕਿਉਂਕਿ ਇਹ ਜਿਹੜੇ ਅੰਕੜੇ ਹੈ ਯਾਦ ਕਰਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਔਰ ਇਹਦੇ ਲਈ ਤੁਸੀਂ ਵੱਖੋ ਵੱਖਰੇ ਢੰਗ ਵਰਤ ਸਕਦੇ ਹੋ ਆਪਣੇ ਹਿਸਾਬ ਨਾਲ ਚਾਹੇ ਤੁਸੀਂ ਜਿਹੜੀ ਹੈਗੀ ਹਰ ਇਸ ਵੀ ਸਨ ਲਿਖ ਕੇ ਉਹਨਾਂ ਦੀ ਸੂਚੀ ਬਣਾ ਕੇ ਚਾਹੇ ਲੇਖਕਾਂ ਦੇ ਨਾਵਾਂ ਦੇ ਅਨੁਸਾਰ ਚਾਹੇ ਕਿਤਾਬਾਂ ਦੇ ਅਨੁਸਾਰ ਕਿਸੇ ਵੀ ਤਰ੍ਹਾਂ ਜਿਹੜਾ ਵੀ ਤੁਹਾਨੂੰ ਢੰਗ ਸੌਖਾ ਲੱਗੇ ਔਰ ਉਹਦੇ ਵਿੱਚ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜਦੋਂ ਅਸੀਂ ਯੂਜੀਸੀ ਨੈਟ ਦੇ ਪੇਪਰ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਸਿੱਧੇ ਤੌਰ ਤੇ ਉਹ ਤੁਹਾਨੂੰ ਇਹ ਹੀ ਪੁੱਛਣਗੇ ਭਈ ਕਿਹੜੇ ਲੇਖਕ ਨੂੰ ਕਿਹੜੇ ਸਾਲ ਇਨਾਮ ਮਿਲਿਆ ਸੀ ਹੋ ਸਕਦਾ ਹੈ ਤੁਹਾਨੂੰ ਕੋਈ ਚਾਰ ਲੇਖ ਲੇਖਕਾਂ ਦੇ ਨਾਮ ਲਿਖ ਕੇ ਉਹਨਾਂ ਦੇ ਵਿੱਚੋਂ ਕਹਿ ਸਕਦੇ ਆ ਕਿ ਇਹਨਾਂ ਦੇ ਵਿੱਚੋਂ ਕਿਹੜਾ ਲੇਖਕ ਹੈ ਜੀਨੂੰ ਸਾਹਿਤ ਕਾਦਮੀ ਦਾ ਪੁਰਸਕਾਰ ਨਹੀਂ ਮਿਲਿਆ ਸੀ ਉਹ ਚਾਰ ਕਿਤਾਬਾਂ ਲਿਖ ਸਕਦੇ ਆ ਕਿ ਇਹਦੇ ਵਿੱਚੋਂ ਕੋਈ ਇੱਕ ਲੇਖ ਦੱਸੋ ਜਿਸ ਨੂੰ ਇਸ ਕੋਈ ਇੱਕ ਕਿਤਾਬ ਦੱਸੋ ਜਿਹਨੂੰ ਇਹ ਪੁਰਸਕਾਰ ਨਹੀਂ ਮਿਲਿਆ ਹੋਇਆ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਸ਼ਾਇਦ ਕਾਦਮੀ ਦੇ ਵਿੱਚ ਪੁੱਛੀਆਂ ਜਾਂਦੀਆਂ ਜਾਂ ਕਰਮਵਾਰ ਵੀ ਚੀਜ਼ਾਂ ਪੁੱਛ ਲੀਆਂ ਜਾਂਦੀਆਂ ਕਿ ਇਹਨਾਂ ਦੇ ਵਿੱਚੋਂ ਪਹਿਲਾਂ ਕਿਸ ਨੂੰ ਮਿਲਿਆ ਔਰ ਬਾਅਦ ਵਿੱਚ ਕਿਸ ਨੂੰ ਮਿਲਿਆ ਤਾਂ ਉਸ ਤੋਂ ਅੱਗੇ ਗੱਲ ਕਰੀਏ 1956 ਦੇ ਵਿੱਚ ਅਮਰਤਾ ਪ੍ਰੀਤਮ ਨੂੰ ਸੁਨੇਹੜੇ ਨਾਮਕ ਜਿਹੜੀ ਉਹਨਾਂ ਦੀ ਪੁਸਤਕ ਹੈ ਜਿਹੜੀ ਕਿ ਕਵਿਤਾ ਦੀ ਪੁਸਤਕ ਹੈ ਉਹਦੇ ਤੇ ਇਹ ਇਨਾਮ ਮਿਲਦਾ ਹੈ ਔਰ ਯਾਦ ਰੱਖਣ ਵਾਲੀ ਗੱਲ ਹੈ ਕਿ ਪੰਜਾਬੀ ਦੇ ਵਿੱਚ ਦੋ ਹੀ ਵੱਡੇ ਲੇਖਕ ਹੋਏ ਨੇ ਜਿਨ੍ਹਾਂ ਨੂੰ ਗਿਆਨਪੀਠ ਪੁਰਸਕਾਰ ਵੀ ਮਿਲਿਆ ਹੈ ਜਿਦੇ ਵਿੱਚੋਂ ਇੱਕ ਅਮਰਤਾ ਪ੍ਰੀਤਮ ਹੈ ਜਿਨ੍ਹਾਂ ਨੂੰ ਕਾਗਜ਼ ਤੇ ਕੈਨਵਸ ਨਾਮ ਦੀਪ ਜਿਹੜੀ ਕਵਤਾ ਦੀ ਪੁਸਤਕ ਹੈ ਉਹਦੇ ਤੇ ਉਹਨਾਂ ਨੂੰ ਗਿਆਨਪੀਠ ਪੁਰਸਕਾਰ ਮਿਲਿਆ ਔਰ ਇਸ ਤੋਂ ਬਾਅਦ ਦੂਸਰਾ ਗੁਰदयाल ਸਿੰਘ ਹੁਰਾ ਨੂੰ ਇਹ ਜਿਹੜਾ ਗਿਆਨਪੀਠ ਪੁਰਸਕਾਰ ਮਿਲਿਆ ਹਾਲਾਂਕਿ ਉਦੋਂ ਇਹ ਤੈਅ ਕਰ ਦਿੱਤਾ ਗਿਆ ਸੀ ਗਿਆਨਪੀਠ ਵੱਲੋਂ ਕਿ ਉਹਨਾਂ ਜਿਹੜੀ ਲੇਖਕ ਦੀ ਸਾਰੀ ਦੇਣ ਜਿਹੜੀ ਸਮੁੱਚੀ ਸਾਹਿਤਕ ਦੇਣ ਹੈ ਉਹਦੇ ਤੇ ਹੀ ਉਹਨਾਂ ਨੂੰ ਉਹ ਪੁਰਸਕਾਰ ਮਿਲਦਾ ਪਰ ਇਸ ਦੇ ਬਾਵਜੂਦ ਵੀ ਜੇ ਗੁਰਦਿਆਲ ਸਿੰਘ ਦੇ ਨਾਮ ਦੇ ਨਾਲ ਤੁਹਾਨੂੰ ਪਰਸਾ ਨਾਂਵ ਲਿਖਿਆ ਆ ਜਾਵੇ ਤਾਂ ਤੁਸੀਂ ਪਰਸਾ ਤੇ ਕਲਿੱਕ ਕਲਿੱਕ ਕਰ ਦੇਣਾ ਜਾਂ ਉੱਥੇ ਠੀਕ ਦਾ ਨਿਸ਼ਾਨ ਲਗਾ ਦੇਣਾ ਤਾਂ ਉਹ ਵੀ ਤੁਹਾਡਾ ਜਿਹੜਾ ਹੈਗਾ ਉੱਤਰ ਜਵਾਬ ਸਹੀ ਹੋਏਗਾ ਇਸ ਤੋਂ ਬਾਅਦ 1955 ਤੇ 56 ਦੀ ਗੱਲ ਕੀਤੀ ਹੈ ਔਰ 57 ਅਤੇ 58 ਦੇ ਵਿੱਚ ਕੋਈ ਪੁਰਸਕਾਰ ਨਹੀਂ ਦਿੱਤਾ ਗਿਆ ਸਾਹਿਤ ਕਾਦਮੀ ਵੱਲੋਂ ਤਾਂ 59 ਦੇ ਵਿੱਚ 1959 ਦੇ ਵਿੱਚ ਮੋਹਨ ਸਿੰਘ ਜਿਹੜੇ ਸਨ ਪ੍ਰੋਫੈਸਰ ਮੋਹਨ ਸਿੰਘ ਉਹਨਾਂ ਨੂੰ ਵੱਡਾ ਵੇਲਾ ਨਾਮ ਦੀ ਕਵਿਤਾ ਦੀ ਪੁਸਤਕ ਤੇ ਇਹ ਇਨਾਮ ਦਿੱਤਾ ਗਿਆ ਤਾਂ ਉਸ ਤੋਂ ਬਾਅਦ 1960 ਦੇ ਵਿੱਚ ਫਿਰ ਇਨਾਮ ਨਹੀਂ ਦਿੱਤਾ ਗਿਆ ਤਾਂ 1961 ਦੇ ਵਿੱਚ ਨਾਨਕ ਸਿੰਘ ਹੋਰਾਂ ਨੂੰ ਇੱਕ ਮਿਆਣ ਦੋ ਤਲਵਾਰਾਂ ਜਿਹੜਾ ਨਾਮ ਦਾ ਨਾਵਲ ਹੈ ਉਹਦੇ ਤੇ ਨਾਮ ਦਿੱਤਾ ਗਿਆ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਤੁਸੀਂ ਹਰ ਚੀਜ਼ ਬੜੀ ਧਿਆਨ ਨਾਲ ਦੇਖਣੀ ਹੈ ਜਿਵੇਂ ਕਿ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਪੰਜਾਬੀ ਦੇ ਵਿੱਚ ਪਹਿਲਾ ਨਾਵਲ ਨਾਵਲ ਦੇ ਵਿੱਚ ਕਿਹਨੂੰ ਪੁਰਸਕਾਰ ਮਿਲਿਆ ਸੀਗਾ ਸਹਿਦ ਕਾਦਮੀ ਦਾ ਤਾਂ ਉਹਦਾ ਜਵਾਬ ਨਾਨਕ ਸਿੰਘ ਹੋਏਗਾ ਕਿਉਂਕਿ ਪਹਿਲੇ ਤਿੰਨ ਜਿਹੜੇ ਅਸੀਂ ਕੀਤੇ ਆ ਉਹ ਕਵਿਤਾ ਦੀਆਂ ਕਿਤਾਬਾਂ ਹਨ ਕਾਵ ਸੰਗ੍ਰਹਿ ਹਨ ਔਰ ਚੌਥਾ ਪਹਿਲੀ ਵਾਰ ਨਾਵਲ ਦੇ ਉੱਤੇ ਜਿਹੜਾ ਇਨਾਮ ਮਿਲਿਆ ਸਹਿਦ ਕਾ ਆਦਮੀ ਵੱਲੋਂ ਉਹ ਨਾਨਕ ਸਿੰਘ ਹੋਰਾਂ ਨੂੰ ਮਿਲਿਆ ਹੋਇਆ ਔਰ ਉਸ ਤੋਂ ਬਾਅਦ 1962 ਦੇ ਵਿੱਚ ਬਲਵੰਤ ਗਾਰਗੀ ਹੋਰਾਂ ਨੂੰ ਰੰਗ ਮੰਚ ਨਾਮ ਦੀ ਉਹਨਾਂ ਦੀ ਜਿਹੜੀ ਆਲੋਚਨਾ ਦੀ ਕਿਤਾਬ ਹੈ ਉਹਦੇ ਤੇ ਇਨਾਮ ਮਿਲਿਆ ਸੀਗਾ ਜਿਹੜੀ ਦੇ ਵਿੱਚ ਕਿ ਭਾਰਤੀ ਰੰਗ ਮੰਚ ਦਾ ਇਤਿਹਾਸ ਤੇ ਵਿਕਾਸ ਦੀ ਉਹ ਗੱਲ ਕਰਦੇ ਆ। ਆ ਉਸ ਤੋਂ ਬਾਅਦ ਅਗਲੇ ਸਾਲ 1963 ਦੇ ਵਿੱਚ ਵੀ ਇਨਾਮ ਕੋਈ ਨਹੀਂ ਮਿਲਿਆ। ਅੱਗੇ 1964 ਦੇ ਵਿੱਚ ਪ੍ਰਭਜੋਤ ਕੌਰ ਹੋਰਾਂ ਨੂੰ ਪੱਬੀ ਨਾਮ ਕੋ ਉਹਨਾਂ ਦੇ ਜਿਹੜੇ ਕਾਵ ਸੰਗ੍ਰਹਿ ਤੇ ਇਹ ਪੁਰਸਕਾਰ ਮਿਲਿਆ। ਅ ਉਸ ਤੋਂ ਅਗਲੇ ਸਾਲ ਹੀ ਕਰਤਾਰ ਸਿੰਘ ਦੁੱਗਲ ਜਿਹੜੇ ਕਿ ਬਹੁਤ ਵੱਡੇ ਪੰਜਾਬੀ ਦੇ ਕਹਾਣੀਕਾਰ ਹੋਏ ਨੇ ਔਰ ਜਿਨ੍ਹਾਂ ਨੇ ਹੁਣ ਤੱਕ ਸ਼ਾਇਦ ਸਭ ਤੋਂ ਵੱਧ ਕਹਾਣੀ ਸੰਗ੍ਰਹਿ ਇਹਨਾਂ ਦੇ ਲਿਖੇ ਹੋਏ ਹੋਣਗੇ ਪੰਜਾਬੀ ਦੇ ਵਿੱਚ ਇੱਕ ਸ਼ਿੱਟ ਚਾਨਣ ਦੀ ਨਾਮਕ ਇਹਨਾਂ ਦਾ ਜਿਹੜਾ ਕਹਾਣੀ ਸੰਗ੍ਰਹਿ ਹੈ ਉਹਦੇ ਤੇ ਇਹਨਾਂ ਨੂੰ ਇਹ ਪੁਰਸਕਾਰ ਮਿਲਿਆ ਔਰ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਉੱਪਰ ਤੋਂ 1955 ਤੋਂ ਜਦੋਂ ਅਸੀਂ ਪੁਰਸਕਾਰ ਇਹ ਸਾਰੇ ਪੜ ਰਹੇ ਹਾਂ ਤੇ ਇਹਦੇ ਵਿੱਚ ਇਹ ਪਹਿਲਾ ਕਹਾਣੀ ਸੰਗ੍ਰਹਿ ਹੈ ਜਿਸ ਨੂੰ ਇਹ ਪੁਰਸਕਾਰ ਮਿਲਿਆ ਤੇ ਇਸ ਤੋਂ ਪਹਿਲਾਂ ਕਵਿਤਾ ਨਾਵਲ اور ਆਲੋਚਨਾ ਦੀਆਂ ਪੁਸਤਕਾਂ ਦੇ ਉੱਤੇ ਇਹ ਇਹ ਪੁਰਸਕਾਰ ਹੈਗਾ 1967 ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਹੋਰਾਂ ਦਾ ਜਿਹੜਾ ਕਾਵਿਨਾਟਕ ਹੈ ਜਾਂ ਜਿਸ ਨੂੰ ਮਹਾਕਾਵਿ ਕਹਿ ਦਿੰਦੇ ਆ ਉਹ ਲੂਣਾ ਨਾਮਕ ਜਿਹੜਾ ਉਹਨਾਂ ਦੀ ਪੁਸਤਕ ਹੈ ਜਿਹੜੀ ਕਿ ਬਹੁਤ ਪ੍ਰਸਿੱਧ ਹੈ ਜਿਵੇਂ ਕਿ ਅਸੀਂ ਸਾਰੇ ਜਾਣਦੇ ਆ ਕਿ ਇਸ ਤੋਂ ਪਹਿਲਾਂ ਪੂਰਨ ਭਗਤ ਦਾ ਕਿੱਸਾ ਜਿਹੜਾ ਸੀਗਾ ਉਸ ਦਾ ਇੱਕ ਤਰ੍ਹਾਂ ਦੇ ਨਾਲ ਬਿਲਕੁਲ ਰੂਪਾਤਰਣ ਉਹਨਾਂ ਨੇ ਕਰਤਾ ਕਿ ਲੂਣਾ ਨੂੰ ਇਸ ਦੇ ਵਿੱਚ ਉਹਨਾਂ ਨੇ ਨਾਇਕ ਵਜੋਂ ਪੇਸ਼ ਕੀਤਾ ਹੈ ਜਾਂ ਜੈਸਿ ਕਹਿ ਸਕਦੇ ਹਾਂ ਕਿ ਨਾਇਕ ਜੇ ਨਹੀਂ ਤਾਂ ਲੂਣਾ ਦੇ ਜਿਹੜੇ ਪੱਖ ਤੋਂ ਉਸ ਦੀ ਮਾਨਸਿਕ ਭਾਵਨਾ ਉਸ ਦੀਆਂ ਮਾਨਸਿਕ ਗੁੰਝਲਾਂ ਨੂੰ ਇਹਦੇ ਵਿੱਚ ਪੇਸ਼ ਕੀਤਾ ਗਿਆ ਹੈ ਕਿ ਉਹਦੀ ਮਨੋਸਥਿਤੀ ਉਸ ਵਕਤ ਕੀ ਸੀਗਾ ਕਿ ਉਹਦੇ ਨਾਲ ਕਿਵੇਂ ਜਿਹੜੇ ਬਾਕੀ ਕਿੱਸਿਆਂ ਦੇ ਵਿੱਚ ਪੂਰਨ ਭਗਤ ਦੇ ਨਾਮਕ ਕਿੱਸਿਆਂ ਦੇ ਵਿੱਚ ਅਣਿਆ ਕਿਵੇਂ ਹੁੰਦਾ ਔਰ ਇਹਦੀ ਵੀ ਉਹਦਾ ਵੀ ਇਹਦੇ ਵਿੱਚ ਪੱਖ ਜਿਹੜਾ ਹੈਗਾ ਤੁਹਾਨੂੰ ਸਮਝ ਆਏਗਾ ਉਸ ਤੋਂ ਬਾਅਦ 1968 ਦੇ ਵਿੱਚ ਨਵੇਂ ਲੋਕ ਨਾਮਕ ਜਿਹੜਾ ਕਹਾਣੀ ਸੰਗ੍ਰਹਿ ਹੈ ਕੁਲਵੰਤ ਸਿੰਘ ਵਿਰਕ ਹੋਰਾਂ ਦਾ ਲਿਖਿਆ ਹੋਇਆ ਉਸ ਪੁਸਤਕ ਨੂੰ ਇਨਾਮ ਮੇ ਦਿੱਤਾ ਜਾਂਦਾ ਸਹਿਤ ਕਾਦਮੀ ਦਾ ਉਸ ਤੋਂ ਅੱਗੇ 1969 ਦੇ ਵਿੱਚ ਨਾ ਧੁੱਪੇ ਨਾ ਛਾਵੇਂ ਨਾਮਕ ਕਵਿਤਾ ਸੰਗ੍ਰਹਿ ਜਕਾਪ ਸੰਗ੍ਰਹਿ ਹਰਪਜਨ ਸਿੰਘ ਹੋਰਾਂ ਦਾ ਇਹ ਧਿਆਨ ਰੱਖਣ ਵਾਲੀ ਗੱਲ ਹੈ ਹਰਪਜਨ ਸਿੰਘ ਨੂੰ 1969 ਦੇ ਵਿੱਚ ਇਹ ਪੁਰਸਕਾਰ ਦਿੱਤਾ ਗਿਆ ਉਸ ਤੋਂ ਬਾਅਦ 1971 ਦੇ ਵਿੱਚ ਦਲੀਪ ਕੌਰ ਟਵਾਣਾ ਹੋਰਾਂ ਨੂੰ ਇਹ ہمارا ਜੀਵਨਾ ਨਾਵਲ ਤੇ ਜਾਂ ਨਾਵਲੇਟ ਤੇ ਜਿਹੜਾ ਕਿ ਬਹੁਤ ਪ੍ਰਸਿੱਧ ਨਾਵਲ ਹੈ ਛੋਟੇ ਜਿਹੇ ਆਕਾਰ ਦਾ ਉਸ ਤੇ ਨਾਮ ਮਿਲਿਆ ਉਸ ਤੋਂ ਬਾਅਦ 1972 ਦੇ ਵਿੱਚ ਸੰਤ ਸਿੰਘ ਸੇਖੋਂ ਹੋਰਾਂ ਨੂੰ ਮਿੱਤਰ ਪਿਆਰਾ ਨਾਮਕ ਨਾਟਕ ਤੇ ਪੁਰਸਕਾਰ ਮਿਲਦਾ ਹੈ ਇਸ ਤੋਂ ਅਗਲੇ ਸਾਲ 1973 ਦੇ ਵਿੱਚ ਕੱਲ ਅੱਜ ਤੇ ਭਲਕ ਨਾਮਕ ਨਾਟਕ ਤੇ ਹੀ ਜਿਹੜਾ ਪੁਰਸਕਾਰ ਹੈ ਹਰਚਰਨ ਸਿੰਘ ਹੋਰਾਂ ਨੂੰ ਮਿਲਦਾ ਉਸ ਤੋਂ ਬਾਅਦ 1974 ਦੇ ਵਿੱਚ ਗਿਆਨੀ ਸੋਨ ਸਿੰਘ ਸੀਤਲ ਹੋਰਾਂ ਦਾ ਪ੍ਰਸਿੱਧ ਨਾਵਲ ਜਿਹੜਾ ਯੁੱਗ ਬਦਲ ਗਿਆ ਉਸ ਨੂੰ ਇਹ ਪੁਰਸਕਾਰ ਮਿਲਦਾ ਹੈ ਪਰ ਉਸ ਤੋਂ ਬਾਅਦ 1975 ਦੇ ਵਿੱਚ ਗੁਰਦਿਆਲ ਸਿੰਘ ਹੁਰਾਂ ਦਾ ਜਿਹੜਾ ਨਾਵਲ ਹੈ ਅਧ ਚੰਨਨੀ ਰਾਤ ਉਸ ਨੂੰ ਇਹ ਪੁਰਸਕਾਰ ਮਿਲਦਾ ਔਰ ਗੁਰਦਿਆਲ ਸਿੰਘ ਹੁਰਾਂ ਬਾਬਤ ਇੱਕ ਗੱਲ ਇਹ ਵੀ ਯਾਦ ਰੱਖਣ ਵਾਲੀ ਹੈ ਕਿ ਉਹਨਾਂ ਦੇ ਕਈ ਨਾਵਲਾਂ ਤੇ ਫਿਲਮਾਂ ਬਣ ਚੁੱਕੀਆਂ ਇਸ ਬਾਬਤ ਪ੍ਰਸ਼ਨ ਵੀ ਪੇਪਰ ਦੇ ਵਿੱਚ ਪਹਿਲਾਂ ਆ ਚੁੱਕਿਆ ਜਿਦੇ ਵਿੱਚੋਂ ਕਿ ਮੜੀ ਦਾ ਦੀਵਾ ਅਤੇ ਅਧ ਚੰਨਨੀ ਰਾਤ ਤੇ ਵੀ ਫਿਲਮ ਬਣੀ ਹੋਣ ਬਣੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਅੰਨੇ ਕੋੜੇ ਦਾ ਦਾਣ ਹਵਲ ਤੇ ਵੀ ਫਿਲਮ ਬਣੀ ਹੋਈ ਹੈ ਤਾਂ ਤਿੰਨ ਨਾਵਲਾਂ ਤੇ ਇਨ੍ਹਾਂ ਦੇ ਅੰਤੇ ਹੁਣ ਤੱਕ ਫਿਲਮਾਂ ਬਣ ਚੁੱਕੀਆਂ ਤਾਂ ਇਸ ਤੋਂ ਅੱਗੇ ਅਸੀਂ ਗੱਲ ਕਰਾਂਗੇ 1976 ਦੇ ਵਿੱਚ ਕਰਨਲ ਨਰਿੰਦਰਪਾਲ ਸਿੰਘ ਹੋਰਾਂ ਦੇ ਨਾਵਲ ਬਾ ਮਲਹਾਜ਼ਾ ਹੁਸ਼ਿਆਰ ਨੂੰ ਜਿਹੜਾ ਇਹ ਪੁਰਸਕਾਰ ਮਿਲਦਾ ਸਾਹਿਤਕ ਆਦਮੀ ਦਾ ਉਸ ਤੋਂ ਬਾਅਦ 1977 ਦੇ ਵਿੱਚ ਸੋਹਣ ਸਿੰਘ ਮੀਸ਼ਾ ਹੋਰਾਂ ਦੇ ਕੱਚ ਦੇ ਵਸਤਰ ਨਾਮਕ ਕਾਵ ਸੰਗ੍ਰਹਿ ਤੇ ਇਹ ਪੁਰਸਕਾਰ ਦਿੱਤਾ ਜਾਂਦਾ ਹੈ ਫਿਰ 1978 ਦੇ ਵਿੱਚ ਗਿਆਨੀ ਗੁਰਮukh ਸਿੰਘ ਮੁਸਾਫਰ ਹੋਰਾਂ ਨੂੰ ਕਹਾਣੀ ਸੰਗ੍ਰਹਿ ਜਿਹੜਾ ਕਿ ਨਿੱਕੀਆਂ ਕਹਾਣੀਆਂ ਦਾ ਸੰਗ੍ਰਹਿ ਹੈ ਉਰਵਾਰ ਪਾਰ ਨਾਮਕ ਕਹਾਣੀ ਸੰਗ੍ਰਹਿ ਤੇ ਇਹ ਪੁਰਸਕਾਰ ਦਿੱਤਾ ਜਾਂਦਾ ਔਰ ਯਾਦ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਪੰਜਾਬੀ ਦਾ ਅਜਿਹਾ ਸਾਹਿਤਕਾਰ ਜਾਂ ਕਹਾਣੀਕਾਰ ਹੈ ਜਿਹੜਾ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਰਿਹਾ ਹਾਲਾਂਕਿ ਗਿਆਨੀ ਜੀ ਹੋਰਾਂ ਨੂੰ ਬਹੁਤ ਥੋੜਾ ਸਮਾਂ ਮਿਲਿਆ ਪੰਜਾਬ ਦਾ ਮੁੱਖ ਮੰਤਰੀ ਦੇ ਅਹੁਦੇ ਤੇ ਰਹਿਣ ਦਾ ਪਰ ਗਿਆਨੀ ਗੁਰਮukh ਸਿੰਘ ਮੁਸਾਫਰ ਹੋਰੀ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਹੈ ਉਸ ਤੋਂ ਬਾਅਦ 1979 ਦੇ ਵਿੱਚ ਜਸਵੰਤ ਸਿੰਘ ਨੇਕੀਹਰਾਂ ਨੂੰ ਕਰੁਣਾ ਦੀ ਸ਼ੋਹਤ ਤੋਂ ਮਗਰੋਂ ਨਾਮਕ ਕਵਿਤਾ ਤੇ ਇਹ ਪੁਰਸਕਾਰ ਮਿਲਦਾ ਹੈ ਤੇ ਉਸ ਤੋਂ ਬਾਅਦ 1980 ਦੇ ਵਿੱਚ ਜਿਹੜੇ ਕਿ ਪ੍ਰਯੋਗਸ਼ੀਲ ਜਾਂ ਪ੍ਰਯੋਗਵਾਦੀ ਕਵੀ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਸੁਖਪਾਲ ਵੀਰ ਸਿੰਘ ਹਸਰਤ ਹੋਰਾਂ ਨੂੰ ਸੂਰਜ ਤੇ ਕਹਿਖਸ਼ਾ ਨਾਮਕ ਕਵਿਤਾ ਸੰਗ੍ਰਹਿ ਤੇ ਕਾਵ ਸੰਗ੍ਰਹਿ ਤੇ ਇਹ ਪੁਰਸਕਾਰ ਮਿਲਦਾ ਹੈ ਤਾਂ ਅਸੀਂ 1955 ਤੋਂ ਲੈ ਕੇ 1980 ਤੱਕ ਦੀ ਗੱਲ ਕੀਤੀ ਹੈ ਤਾਂ ਇਸ ਤੋਂ ਇਲਾਵਾ ਜਿਹੜਾ 1980 ਤੋਂ ਲੈ ਕੇ ਅਗਲੇ ਭਾਗਾਂ ਦੀ ਗੱਲ ਹੈ ਅਗਲੇ ਸਾਲਾਂ ਦੀ ਗੱਲ ਹੈ ਬਾਕੀ ਅਸੀਂ ਵੀਡੀਓ ਦੇ ਅਗਲੇ ਭਾਗਾਂ ਦੇ ਵਿੱਚ ਅਗਲੇ ਭਾਗ ਦੇ ਵਿੱਚ ਗੱਲ ਕਰਾਂਗੇ ਤੁਹਾਡਾ ਬਹੁਤ ਸਾਰਾ ਧੰਨਵਾਦ ਜੁੜੇ ਰਹੋ ਅਗਲੀ ਵੀਡੀਓਜ਼ ਦੇ ਨਾਲ ਔਰ ਲਗਾਤਾਰ ਤਿਆਰੀ ਕਰਦੇ ਰਹੋ ਧੰਨਵਾਦ